ما شاء الله انت تتكلم عربي كويس ده مظبوط انت 100% زي العرب انت عربي ولا عجمي انا عجمي عربي انا كل شيء انا كل شيء شغال اسمه كويس ها الحمد لله شوف دهين خالد تتكلم عربي كويس ها اول دبي دائما هو كلام بس شويه شويه دهين ما في شويه شويه دهين كثير كثير مليون नसीहत मालिश ला के ما كيف هذا ما كان تدور ما في لا انت كل حكومه ما ايش في حكومه هذا النور ما في انت ما في نور ما في اي شيء ما انا بس بيكل بيكل اوكي بس انا ما في يعني لا انت ايش هذا ما بيكلم هذا حكومه كذا روح ما تلا يا ما كان اكلم ابو مازن قولوا لي بدا جاي يعني نور بريالي दुनिया से है ही कोई नहीं सब चले गए यतमा ही बाकी चले गए दुबई जा रहे
ਟਾਵਾ ਟਾਵਾ ਰਹਿ ਗਿਆ ਉੱਥੇ ਕੀ ਕਰਦੇ ਦੁਬਈ ਜਾ ਕੇ ਦੁਬਈ ਲੋਕ ਬਹੁਤ ਕੰਮ ਕਰਦੇ ਅੱਛਾ ਦੁਬਈ ਤਾਂ ਕਹਿ ਰਹੇ ਨਾ ਉਹ ਦੁਬਈ ਸੌਦੀ ਅਰਬ ਤਾਂ ਨਾ ਸਿੰਧ ਤਾਂ ਇੱਕ ਬਹੁਤ ਵੱਡੀ ਕਿੰਗਡਮ ਹੈ ਯਾਰ ਦੁਬਈ ਇੰਨਾ ਛੋਟਾ ਜਿਹਾ ਅਸੀਂ ਹਮੇਸ਼ਾ ਇੱਥੇ ਖਾਣਾ ਖਾਂਦੇ ਹੁੰਦੇ ਚਾਹ ਪੀ ਜਾਂਦੇ ਸੀ ਉੱਤਰ ਕੇ ਇੱਥੇ ਉਹ ਚਲੇ ਗਏ ਮੈਂ ਹੋਟਲ ਵਾਲੇ ਇੱਥੇ ਇਹ ਏ ਟੀ ਐਮ ਆਏਗੀ ਨਾਲ ਇਹ ਗਲੀ ਦੇ ਵਿੱਚ ਇਹ ਕੋਟਪੁਰ ਏ ਟੀ ਐਮ ਹੈ ਨਾਲ ਹੋਟਲ ਆਉਂਦਾ ਸੀ ਅੱਗੇ ਸੱਜੇ ਪਾਸੇ ਸਭ ਦਾ ਹੋਟਲ 'ਚ ਆ ਅਤੇ ਫਿਰ ਕੈਮਰਾ ਪਿਆ ਉਹ ਹੁਣ ਹੋਟਲ ਪਤਾ ਨਹੀਂ ਹੈ ਨਹੀਂ ਹੈ ਜਾਂ ਬੰਦੇ ਇੱਥੇ ਸਾਰੇ ਪਿੰਡਾਂ ਦੇ ਲੋਕ ਆਉਂਦੇ ਇੱਥੇ ਚੀਜ਼ਾਂ ਲੈ ਕੇ ਜਾਂਦੇ ਪਿੰਡਾਂ ਸਾਰੇ ਪਿੱਛੇ ਰਹਿੰਦੇ ਸੁਲਾਨੀ ਸਾਰੇ ਨਹੀਂ ਸੋਚਦੇ ਵੀ ਜਿਹੜੇ ਮਤਲਬ ਜੇ ਇੱਥੇ ਲੋਕ ਨੇ ਸੁਲਾਨੀ ਔਰ ਜਮਨੀ ਹਰ ਜਗ੍ਹਾ ਮਿਲਣਗੇ ਤੁਸੀਂ ਮਡਰਨਾ ਲੱਗੀ ਸਟੇਡੀਅਮ ਤੋਂ ਲੱਗੀ ਮੈਨੂੰ ਵੀ ਸਟੇਡੀਅਮ ਤੋਂ ਲੱਗੀ ਫਾਈਜ਼ਰ ਤੇ ਬਹੁਤ ਅੱਛੀ ਸੀ ਯਾਰ ਨਹੀਂ ਫਾਈਜ਼ਰ ਕਹਿੰਦੇ ਬਹੁਤ ਲਾਈਟ ਹੈ ਬੱਚਿਆਂ ਸੀ ਜਾਂ ਬੁੱਢਿਆਂ ਸੀ ਨਾ ਇੱਕ ਫਾਈਜ਼ਰ ਜਿਹੜੀ ਆਉਂਦੀ ਹੈ ਆਸਟ੍ਰਾਜ਼ਿਨਗਾ ਔਰ ਮਡਰਨਾ ਮਡਰਨਾ ਸਭ ਤੋਂ ਜ਼ਿਆਦਾ ਸਟਰੋਂਗ ਰਹੀ ਹੈ ਮਡਰਨਾ ਹਾਲਾਂ ਦੇ ਵੀ ਵੱਡ ਕੱਢਿਆ ਹਾਲਤ ਆ ਨੇ ਮੇਰੇ ਦੋਨੇ ਨੇ ਕੱਢਿਆ ਵੈਸੇ ਤੇ ਇਹਨੇ ਆਖਰ ਵਾਲੀ ਤਾਂ ਬਹੁਤ ਕੱਢਿਆ ਬਿਮਾਰ ਕਰਕੇ ਸੀ ਬਾਬਾ ਇੱਥੇ ਗਿਲਟੀ ਜੀ ਬਣ ਗਈ ਮੈਨੂੰ ਇਹਨੇ ਤਾਂ ਕਿਦਾਂ ਮਡਰਨਾ ਨੇ ਬਹੁਤ ਸਟਰੋਂਗ ਸੀ ਉਹ ਟ੍ਰੈਫਿਕ ਹੈ ਹੀ ਨਹੀਂ ਹੁਣ ਦੇਖੋ ਸੌਦੀ ਅਰਬ ਖਾਲੀ ਹੋ ਗਿਆ ਸਾਰੇ ਔਰ ਕੈਮਰੇ ਦੇਖ ਲਓ ਕਿਸ ਤਰ੍ਹਾਂ ਆ ਰਹੇ ਹਰ 2 ਕਿਲੋਮੀਟਰ ਦਾ ਕੈਮਰਾ ਆ ਰਿਹਾ ਹਰ 2 ਕਿਲੋਮੀਟਰ ਪੂਰਾ ਯਾਰ ਐਸਾ ਡਿਜੀਟਲ ਹੋ ਗਿਆ ਪੂਰਾ ਕੰਟਰੀ ਤੁਸੀਂ ਹਿੱਲ ਨਹੀਂ ਸਕਦੇ ਕੈਮਰੇ ਆ ਜੇ ਯਾਰ ਗੱਲ ਤਸ਼ਰੀਹ ਦਾ ਇੱਕ ਫੇਰਾ ਲਗਾਣਾ ਯਾਰ ਤੂੰ ਚੱਲੀ ਆ ਕਾਸ਼ਿਫ ਚਲੇ ਨਾ ਚੱਲੀ ਚੱਲਾਂਗੇ ਆ ਕੇ ਗੱਡੀ ਦਾ ਕੰਮ ਨਿਕਲ ਜੇਣਾ ਅਸੀਂ ਉੱਥੋਂ ਜਿਨਾ ਸ਼੍ਰੀ ਤੋਂ ਸਵੇਰ ਫਜਰ ਨਾਸ਼ਤਾ ਕਰਕੇ ਸਿੱਧੇ ਟਾਈਮ ਨਾਲ ਐਸੇ ਟਾਈਮ ਨਿਕਲੀਏ ਕਿ ਅਸੀਂ ਜਦੋਂ ਟਾਈਮ ਹੈ ਨਾ ਉੱਥੇ ਤਸ਼ਰੀਹ ਖੁੱਲਾ ਹੋਵੇ ਪਹੁੰਚਦੇ ਇੱਧਰ ਇੱਥੇ ਜਾਵਾਂਗੇ ਸਿੱਧੇ ਤਸ਼ਰੀਹ ਜਾਵਾਂਗੇ ਉੱਥੇ ਦਾ ਕੰਮ ਕਰਕੇ ਫਿਰ ਜਾਵਾਂਗੇ ਰਾਤ ਨੂੰ ਥਕਾਵਟ ਦਾ ਸੀ ਜਨਾ ਸੋਚੀਏ ਕਿ ਯਾਰ ਨਾ ਕਿ ਅਸੀਂ ਸਾਰੀਆਂ ਨਮਾਜ਼ਾਂ ਮਾਸ਼ਾਅੱਲਾ ਪੜ੍ਹ ਲਾਂਗੇ ਸਵੇਰ ਤਾਂ ਜਦੋਂ ਮਿਲ ਜਾਏਗੀ ਫਜਰ ਵੀ ਪੜਾਂਗੇ ਨਾਸ਼ਤਾ ਇੱਥੇ ਕਰਕੇ ਸਕੂਨ ਨਾਲ ਗੱਡੀ ਦੁਬਾਰਾ ਕੱਢਾਂਗੇ ਠੰਡੇ ਠੰਡੇ ਸਾਨੂੰ ਕਿਹੜੀ ਜਲਦੀ ਹੈ ਮਲਕ ਸਾਹਿਬ ਦੱਸੋ ਅਸਾਂ ਕਿਤੇ ਬੈਠਣਾ ਆਪਣੇ ਖਾਸ ਨਜ਼ਰੇ ਕਰਮ ਬੰਦੇ ਤੇ ਹੁੰਦੀ ਤੇ ਹਾਜ਼ਰੀ ਦਾ ਵਕਤ ਆਂਦਾ ਜੀ ਮਕਬੂਲ ਸਫ਼ਰ ਹੈ ਮਿਊਜ਼ਿਕ ਹੀ ਭਰ ਦੇਣਾ ਟਮ 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 ਕਰਕੇ ਮੈਂ ਛੱਡ ਦਿੰਦਾ ਜਿੱਥੇ ਮੈਂ ਚਾਹੀਦਾ ਉਦੋਂ ਮੈਂ ਰੱਖ ਲਉ ਜਿਹੜੇ ਪਹਿਲੇ ਪੈਂਚਰ ਐਮਰਜੈਂਸੀ ਹੁੰਦੀ ਹੈ
ਵਾਪਸੀ ਦੇ ਮੈਂ ਕੋਸ਼ਿਸ਼ ਕਰਾਂ ਬਾਰ ਬਾਰ ਇਹ ਗੱਲ ਕਰਦੇ ਕਿ ਆਪਣੇ ਨਹੀਂ ਕਹਿੰਦੇ ਯਾਰ ਬਾਕੀ ਵਾਪਸੀ ਦੇ ਇਨਸ਼ਾਅੱਲਾ ਕਿਨਾਂ ਹੀ ਜਗ੍ਹਾ ਯਾਦ ਰਿਆ ਦੇ ਜਾਂ ਕਿਲੋਮੀਟਰ ਦੇਖ ਲੈਂਦੇ ਹਾਂ ਕਿਹੜਾ ਅਸੀਂ ਕਿੰਨੇ ਕਿਲੋਮੀਟਰ ਤੇ ਕਹਿੰਦੇ ਉਹਦੇ ਅੰਦਰ ਕਿੰਨੇ ਆਏ ਫਿਰ ਅਸੀਂ ਉਹਨੂੰ ਜ਼ਰਬ ਦੇ ਲਾਂਗੇ 300-400-1600 ਨੂੰ ਕਮ ਸੇ ਕਮ 2 ਕਿਲੋਮੀਟਰ ਮਾ ਇੱਕ ਕੈਮਰਾ ਤਾਂ ਆ ਰਿਹਾ ਘੱਟ 2 ਕਿਲੋਮੀਟਰ ਬਾਅਦ ਮੇਰੇ ਵੀ ਇਹ ਕਹਿ ਰਿਹਾ 2 ਕਿਲੋਮੀਟਰ ਹੈ ਹਰ 2 ਕਿਲੋਮੀਟਰ ਤੇ ਆ इस तरह की हुकूमत इनोग्रेशन है सारे ठंडे है ना ये दोनों मौजा कर रही है देखो मस्जिद नबी में जा रहे हैं हम मस्जिद नबी में जाके नमाज अदा करेंगे असर की और कल सुबह से जैसे निकलेंगे हम मदीने से नमाज फजर पढ़ के इंशाल्लाह जद्दा में असर तो बाद टाइम से चार जन्नत बंद है Allah Allah Allah
वापसी कोई जमाने में नहीं आया, कोई जमाने में नहीं आया। मोहम्मद साहब से कोई जमाने में नहीं आया, बहुत चेहरे हंसे देखे मगर ऐसा नहीं पाया। माशाल्लाह, ये जमजम की बोतल मिली है देखो। शबीर पानी ले लिया जमजम। गेट नंबर 365 तो से बाहर आए ना ही तो रोजा रसूल सामने तो जन्नत अलबकी है। इतने से वापस जा रहे हैं खाना खाने वास्ते। चलो भाई मुंडे एक नमाज का दुनिया का नमाज के बारे में सुबह खान
ਕਿਉਂ ਜੀ ਟੇਸਟ ਅੱਛਾ ਸ਼ੁਰੂ ਕਰੀਏ ਸ਼ਬੀਰ ਸਾਹਿਬ ਸ਼ੁਰੂ ਕਰੀਏ ਚਲੀਏ ਕਮਰਾ ਲੈਂਦੇ ਹੋਟਲ